ਬਾਬ ਨਸੀ ਉਹ ਬਚਪਨ ਤੋਂ ਚਾਹੇ ਭਗਤਪੂਰਨ ਸਿੰਘ ਜੀ ਦੀ ਜਿਵੇਂ ਆਪਾਂ ਗੱਲ ਕੀਤੀ ਹੈ ਜਾਂ ਦਾਦੀਆਂ ਨਾਨੀਆਂ ਦੀਆਂ ਕਹਾਣੇ ਕਿਸਿਆਂ ਤੋਂ ਤੇ ਸਮਾਂ ਬੀਤਦਿਆਂ ਬੀਤਦਿਆਂ ਅਸੀਂ ਬਹੁਤ ਸਾਰੇ ਜ਼ਿੰਦਗੀ 'ਚ ਆਪਣੇ ਜੇ ਕੰਮ ਕੀਤੇ ਪਾਪੜ ਵੇਲੇ ਬਹੁਤ ਸਾਰੇ ਮਾੜੇ ਚੰਗੇ ਕੰਮ ਕੀਤੇ ਅਸੀਂ ਕੋਈ ਬਾਹਲੇ ਚੰਗੇ ਇਨਸਾਨ ਨਹੀਂ ਸੀ ਜ਼ਿੰਦਗੀ ਜੇੜ ਵੀ ਕੱਟੀ ਤਾਂ ਇੱਕ ਦਿਨ ਸਾਡੀ ਜ਼ਿੰਦਗੀ 'ਚ ਐਸਾ ਮੌਕਾ ਆਇਆ ਵੀ ਉਹ ਦਰਾਹੇ ਦਿੱਲੀ ਰੋਡ ਦੇ ਉੱਪਰ ਇੱਕ ਟਾਬਾ ਜਿਹੜਾ ਸਾਨੂੰ ਚਲਾਉਣ ਦਾ ਮੌਕਾ ਮਿਲਿਆ 2016 ਦੀ 2016 ਦੇ ਵਿੱਚ ਹੂੰ 2016 ਦੇ ਵਿੱਚ ਅਸੀਂ ਜਨਵਰੀ ਫਰਵਰੀ ਦੇ ਵਿੱਚ ਟਾਬੇ ਤੇ ਗਏ ਆ ਮਾਰਚ ਅਪ੍ਰੈਲ ਮਈ 14 24 ਮਈ ਨੂੰ ਸਾਡੇ ਕੋਲੇ ਅਰਣ ਕੁਮਾਰ ਸ਼ੁਕਲਾ ਵੀਰ ਆਉਂਦਾ ਉੱਥੇ ਟਾਬੇ ਤੇ ਅਸੀਂ ਬੜਾ ਵਧੀਆ ਉਹਨੂੰ ਰੈਨੋਵੇਟ ਕਰਕੇ ਚਲਾ ਲਿਆ ਸੋਚ ਸੀ ਵੀਰ ਤੇ ਬੱਸਾਂ ਰੁਕਿਆ ਕਰਨਗੀਆਂ ਰੁਕਣ ਵੀ ਲਾ ਲੀਆਂ ਸੀ ਕਿਤੇ ਨਾ ਕਿਤੇ ਤਾਂ ਇੱਕ ਦਿਨ ਇੱਕ ਇਨਸਾਨ ਬਾਹਰ ਖੜਾ ਇਦਾਂ ਰੋਟੀ ਮੰਗ ਰਿਹਾ ਸਟਾਡਾ ਦਾ ਟਾਬੇ ਦਾ ਇੰਚਾਰਜ ਆ ਉਹਨੂੰ ਦਬਕੇ ਮਾਰ ਕੇ ਭੁਜਾ ਰਿਆ ਮੈਂ ਅੰਦਰੋਂ ਉੱਠ ਕੇ ਬਾਹਰ ਆ ਕੇ ਉਹਨੂੰ ਕਹਿਨਾ ਮੈਂ ਕਿ ਯਾਰ ਵੀ ਇਹੀ ਬੰਦਾ ਜੇ ਗੱਡੀ 'ਚ ਉਤਰਦਾ ਤੂੰ ਇਹਨੂੰ ਸਾਫ ਕਹਿ ਕੇ ਬਿਠਾ ਕੇ ਕਪੜਾ ਮਾਰ ਕੇ ਝਾੜ ਕੇ ਬਿਠਾਉਣਾ ਸੀ ਵੀ ਉਹਨੇ ਕੀ ਮੰਗ ਰਿਆ ਰੋਟੀ ਆ ਵੀ ਇਹਨੂੰ ਇਦਾਂ ਦੇ ਬੰਦੇ ਨੂੰ ਮੋੜਨਾ ਇਹਨੂੰ ਖਵਾ ਦੇ ਰੋਟੀ ਬਿਠਾ ਕੇ ਸੈਰ ਤੇ ਚਲੋ ਉਹਨੂੰ ਫਲਕਾ ਪ੍ਰਸ਼ਾਦਾ ਛਕਾਇਆ ਉਹ ਚੱਲ ਗਿਆ ਆਪਣੇ ਰਸਤੇ ਮੈਂ ਆਪਣੇ ਸਾਰਿਆਂ ਨੂੰ ਸੱਦ ਕੇ ਜਿਹੜੇ ਡਿਊਟੀ ਤੇ ਸੀ ਨੇ ਕੋਣ ਸੀ ਬੰਦਾ ਜਿਹੜਾ ਉਹ ਰਾਹੀਰ ਜੀ ਅੱਛਾ ਕੋਈ ਰਾਹੀਰ ਦੇ ਹਨਾ ਤੇ ਉਹਨਾਂ ਨੂੰ ਸਾਰਿਆਂ ਨੂੰ ਮੈਂ ਬੇਨਤੀ ਕੀਤੀ ਵੀ ਅੱਗੇ ਤੋਂ ਕਿ ਇਦਾਂ ਦਾ ਬੰਦਾ ਆਉਂਦਾ ਉਹਨੂੰ ਰੋਟੀ ਖਵਾ ਦਿਓ ਚਾਹੇ ਪਿੱਛੇ ਬੋਰੀ ਤੇ ਬਿਠਾ ਕੇ ਖਵਾ ਦਿਓ ਵੀ ਭੁੱਖਾ ਨਾ ਮੋੜੋ ਤੇ ਸਾਡੇ ਢਾਬੇ ਤੇ ਅਕਸਰ ਇਦਾਂ ਦੇ 2-4 ਬੰਦੇ ਹਰ ਰੋਜ਼ ਅੰਗੂਈ ਕੋ ਚਾਹ ਪੀਣ ਕੋਈ ਪ੍ਰਸ਼ਾਦਾ ਸੇਕੰਡ ਜਿਹੜੇ ਰਾਹ 길 ਜਾਂਦੇ ਇੱਕ ਦੂਜੇ ਨੂੰ ਜਾਂ ਦੱਸ ਦਿੰਦੇ ਜਾਂ ਇੱਕ ਵੀ ਜਿਹੜਾ ਮੰਗਦਾ ਉਹ ਮਨਾਂ ਨਾ ਕਰਦੇ ਤੇ ਉਹ ਖਾ ਲੈਂਦਾ ਤਾਂ ਉਸੇ ਗੱਡੀ ਦੇ ਵਿੱਚ ਇੱਕ ਦਿਨ ਮਈ ਦਾ ਮਹੀਨਾ ਸੀ ਜੀ ਕਰਨ ਕੁਮਾਰ ਸ਼ੁਕਲਾ ਨਾਂ ਦਾ ਵੀਰ ਸਾਡੇ ਢਾਬੇ ਤੇ ਰੁੜਦਾ ਰੁੜਦਾ ਆਇਆ ਦਿੱਲੀ ਰੋਡ ਤੇ ਵਿਚਾਲੇ ਫੁੱਟਪਾਥ ਬਣਿਆ ਬਹੁਤ ਵੱਡਾ ਉਹ ਫੁੱਟਪਾਥ ਤੇ ਦੂਸਰੇ ਪਾਸੇ ਉਹਨਾਂ ਉੱਪਰ ਚੜਿਆ ਲਾਈਟ ਚੱਲੇਗੀ 2:30 ਦੇ ਬਜੇ ਦਾ ਟਾਈਮ ਸੀ ਦੁਪਹਿਰ ਦਾ ਮੈਂ ਦਫ਼ਤਰ ਚੋਂ ਬਾਹਰ ਆ ਕੇ ਖੜ ਗਿਆ ਸਾਹਮਣੇ ਸੜਕ ਵੱਲ ਨੂੰ ਦੇਖ ਰਿਹਾ ਉਹ ਬੰਦਾ ਫੁੱਟਪਾਥ ਤੋਂ ਐਦਾਂ ਘਿਸਰਦਾ ਘਿਸਰਦਾ ਥੱਲੇ ਉਤਰ ਰਿਹਾ ਸੀ ਫੁੱਟਪਾਥ ਤੋਂ ਉਤਰ ਲੱਗਿਆ ਉਹ ਐਦਾਂ ਮੁੱਦੇ ਮੂੰਹ ਥੱਲੇ ਡਿੱਗ ਪਿਆ ਤੇ ਉਹਦੇ ਕੋਲ ਦੀ ਇੱਕ ਸੈਕਿੰਡ ਚ ਹੀ ਐਦਾਂ ਦੋ ਤਿੰਨ ਗੱਡੀਆਂ ਨਿਕਲ ਗਈਆਂ ਬਿਲਕੁਲ ਉਹਦੇ ਨੇੜ ਦੀ ਹੋਈ ਤਾਂ ਮੇਰੇ ਮਨ ਚ ਸ਼ਾਇਦ ਮੇਰੀ ਥਾਂ ਤੇ ਕੋਈ ਹੋਰ ਹੁੰਦਾ ਉਹ ਵੀ ਜਾ ਕੇ ਉਹਨੂੰ ਜ਼ਰੂਰ ਚੱਕਦਾ ਮੇਰੇ ਮਨ ਚ ਆਇਆ ਮੈਂ ਕਿਹਾ ਜੇ ਦੋ ਕੰਦਵੇਂ ਅੱਗੇ ਹੋਰ ਰੜ ਪਿਆ ਗੱਡੀ ਇਹਨੂੰ ਕੋਈ ਨਾ ਕੋਈ ਕੋ ਚਲ ਦੋ ਅਸੀਂ ਟਾਬੇ ਵੱਲੋਂ ਉਧਰ ਨੂੰ ਭੱਜ ਲਏ ਉਹਦੇ ਵੱਲੋਂ ਹਾਕਾ ਮਾਰਨ ਲੱਗੇ ਵੀ ਰੁਕ ਜਾ ਦੋ ਜਾਨੇ ਸੀ ਅਸੀਂ ਜਾ ਕੇ ਉਹਨੂੰ ਚੱਕਿਆ ਬਾਈ ਜੀ ਮਈ ਦਾ ਮਹੀਨਾ ਗਰਮ ਬਹੁਤ ਹੁੰਦਾ ਉਹਦੇ ਤਰਪਾਲ ਵਰਗੇ ਮੋਟੇ ਕੱਪੜੇ ਪਾਏ ਸਰਦੀਆਂ ਵਾਲੇ ਪਲਾਸਟਿਕ ਦੇ ਬੂਟ ਪਾਏ ਪੈਰਾਂ 'ਚ ਸਿਰ ਤੇ ਜਿਹੜੀ ਦਸਤਾਰ ਬੰਨੀ ਸੀ ਉਹ ਹਾਲਾਂਕਿ ਕੇਸਰੀ ਰੰਗ ਦੀ ਸੀ ਪਰ ਉਹ ਬੇਰੰਗ ਹੋ ਚੁੱਕੀ ਸੀ ਗੋਹੇ ਨਾਲੇ ਬੜੀ ਹੱਥ ਪ ਜਾਕੇ ਅਸੀਂ ਨਿਆਕੇ ਉੱਥੇ ਸਪੈਡਿਆਂ ਦੀ ਸ਼ਾਮੇ ਅਸੀਂ ਬਣਾਇਆ ਹੋਇਆ ਸੀ ਬਾਹਰ ਪਾਰਕ ਜਿੱਥੇ ਲੋਕ ਆ ਕੇ ਬੈਂਦੇ ਸੀ ਹੋਟਲ ਰੈਸਟੋਰੈਂਟ 'ਚ ਉੱਥੇ ਬਿਠਾ ਲਿਆ 6 ਗਲਾਸ ਉਹ ਪਾਣੀ ਦੇ ਪੀ ਜਾਂਦਾ ਬੰਦਾ ਤਾਂ ਜਦੋਂ ਮੈਂ ਉਹਦੇ ਵੱਲ ਦੇਖ ਰਿਹਾ ਸੀ ਚਾਹ ਮੰਗਾ ਲਈ 1 ਮਿੰਟ 'ਚ ਢਾਬੇ ਤੇ ਚਾਹ ਬਣੀ ਪਈ ਹੁੰਦੀ ਆ ਗਈ ਉਹ ਚਾਹ ਪੀਣ ਦੀ ਕੋਸ਼ਿਸ਼ ਕਰਦਾ ਪਰ ਉਹ ਆਪਣੇ ਫੇਸ ਤੇ ਚਾਹ ਲਾ ਕੇ ਥੱਲੇ ਲਿਆਉਂਦਾ ਉਹਦੇ ਬੁੱਲ ਸਾਰੇ ਜ਼ਖਮ ਨਾ ਭਰੇ ਪਏ ਸੀ ਪਤਾ ਹੀ ਨਹੀਂ ਪ੍ਰਮਾਤਮਾ ਨੇ ਮਨ 'ਚ ਕਿੱਦਾਂ ਇਹ ਖਿਆਲ ਪਾਇਆ ਅੱਜ ਵੀ ਮੈਂ ਬਹੁਤ ਵਾਰ ਸੋਚਦਾ ਹਾਂ ਚੀਜ਼ਾਂ ਵੀ ਉਹਨੂੰ ਮੇਰੇ ਮਨ ਚ ਆਇਆ ਵੀ ਇਹਨੂੰ ਕਿਉਂ ਨਾ ਇਸ਼ਨਾਨ ਕਰਾ ਦਈਏ ਨਮਾ ਦਈਏ ਪਿੱਛੇ ਟਾਬੇ ਦੇ ਮਗਰ ਡਰਾਈਵਰਾਂ ਵਾਸਤੇ ਅਸੀਂ ਵੱਡਾ ਵਾਸ਼ਰੂਮ ਬਣਾਇਆ ਸੀ ਅਸੀਂ ਚੱਕ ਕੇ ਉਹਨੂੰ ਉੱਥੇ ਲੈ ਗਏ ਉੱਥੇ ਲਿਜਾ ਕੇ ਉਹਦੇ ਕੱਪੜੇ ਉਤਾਰ ਕੇ ਬੂਟ ਉਤਾਰੇ ਜਦੋਂ ਉਹਦੇ ਪੈਰ ਵੀ ਵਿੱਚੋਂ ਗਲੇ ਪਏ ਸੀ ਗਿੱਲੇ ਹੋਏ ਪਏ ਸੀ ਪਸੀਨੇ ਨਾਲ ਕਰੀਬ ਅੱਧਾ ਪੂਣਾ ਘੰਟਾ ਉਹ ਟੂਟੀ ਥੱਲੇ ਬੈਠਾ ਰਿਹਾ ਉਹਨੂੰ ਸੁਰਤ ਦੱਦ ਹੀ ਕੋਦੀਆਂ ਆ ਗਈ ਸੀ ਅਸੀਂ ਉਹਦੇ ਕੱਪੜੇ ਚੇਂਜ ਕਰਾਏ ਲਿਆ ਕੇ ਨਮਾ ਕੇ ਅਸੀਂ ਉੱਥੇ ਬਿਠਾ ਕੇ ਉਦੋਂ ਇਹ ਫੋਟੋਮੈਟਿਕਲ ਆਪਾਂ ਫੋਟੋ ਜੇ ਤਾਂ ਛੁੱਟੀ ਦੀ ਗੱਲ ਤੇ ਖੇਚ ਲੈਂਦੇ ਤਾਂ ਮੇਰੀ ਵੀ ਹੱਥ ਸੀ ਉਹਦੀਆਂ ਫੋਟੋ ਮੈਂ ਜਦ ਤੁਸੀਂ ਲੈ ਕੇ ਆਏ ਬਿਠਾਇਆ ਪਾਣੀ ਪੀਂਦੇ ਦੀਆਂ ਫੋਟੋ ਮੈਂ ਮੁੰਡੇ ਨੇ ਖੇਚਤੀ ਮੈਂ ਫੋਨ ਫੜਾਤਾ ਨਮਾਉਂਦਿਆਂ ਦੀਆਂ ਖੇਚਲੀਆਂ ਚਾਰ ਫੋਟੋ ਮੈਂ ਸ਼ੇਅਰ ਕੀਤੀਆਂ ਸੀ ਮਿੰਟੂ ਮਾਲਵਾ ਦੇ ਨਾਂ ਤੇ ਮੇਰਾ ਆਈਡੀ ਨਹੀਂ ਸੀ ਪੇਜ ਬਣਿਆ ਹੋਇਆ ਸੀ ਉਸ ਟਾਈਮ ਉਹਦੇ ਤੇ ਪਾਤੀਆਂ ਵੀ ਇਹਨੂੰ ਕੋਈ ਪਹਿਚਾਣਦਾ ਤਾਂ ਸਾਨੂੰ ਦੱਸੋ ਜੇ ਕੋਈ ਜਾਣਦਾ ਇਸ ਲੱਬ ਦੇ ਬੰਦੇ ਨੂੰ ਤਾਂ ਤੁਹਾਨੂੰ ਦੱਸੋ ਤਾਂ ਥੋੜੇ ਸਮੇਂ ਦੇ ਵਿੱਚ ਕਮੈਂਟ ਆਉਣੇ ਸ਼ੁਰੂ ਹੋ ਗਏ ਤੇ ਅੱਜ ਕੱਲ੍ਹ ਸਮਾ ਕਮੈਂਟ ਹੁਣ ਤਾਂ ਬਹੁਤ ਸਾਰੇ ਉਦੋਂ ਤਾਂ ਬਹੁਤ ਘੱਟ ਸੀ ਫੇਸਬੁੱਕ ਤੇ ਰਜਾਨ ਤਾਂ ਕਿਸੇ ਨੇ ਸਾਨੂੰ ਗੁੱਡ ਜੌਬ ਕਿਸੇ ਨੇ ਗ੍ਰੇਟ ਜੌਬ ਕਿਸੇ ਨੇ ਬਹੁਤ ਵਧੀਆ ਕਿਹਾ ਇੱਕ ਵੀਰ ਨੇ ਸਾਨੂੰ ਵਿੱਚ ਕਮੈਂਟ ਕੀਤਾ ਵੀ ਇਹਦੀ ਸਰਜੀ ਬਾਹਰ ਚੈੱਕ ਕਰੋ ਸਾਨੂੰ ਐਂ ਕਹਿੰਦੇ ਸੀ ਲੱਗਿਆ ਵੀ ਇਹਨੂੰ ਪੈਰਾਲਾਈਜ਼ ਹੋਇਆ ਵੀ ਉਹ ਤਾਂ ਕਹਿ ਰਿਹਾ ਮੈਂ ਉਹਨੂੰ ਕੁਐਸਚਨ ਮਾਰ ਕੇ ਜਾਂ ਪਾਤਾ ਤੇ ਉਹਨੇ ਨੰਬਰ ਪਾਤਾ ਆਪਣਾ ਮੈਂ ਉਹਨੂੰ ਕਾਲ ਕਰ ਲਈ ਉਹਨੇ ਦੱਸਿਆ ਕਹਿੰਦਾ ਬਾਈ ਇਹਦੀ ਸੱਜੀ ਬਾਂਹ ਚੈੱਕ ਕਰੋ ਮੋਬਾਈਲ ਨੰਬਰ ਲਿਖਿਆ ਹੋ ਦਿੱਤੇ ਵੀ ਉਹ ਬੰਦਾ ਹੀ ਹੈ ਜਦੋਂ ਅਸੀਂ ਧਿਆਨ ਨਾ ਦੇਖਿਆ ਟੈਟੂ ਬਣਾ ਕੇ ਇੱਥੇ ਲਿਖਿਆ ਸ਼ੁਕਲਾ ਉਹਦੇ ਮੂਰੇ ਲਿਖਿਆ ਤੇ ਪਿੱਛੇ ਲਿਖਿਆ ਹੋਇਆ ਮੋਬਾਈਲ ਨੰਬਰ ਤੇ ਉਹ ਵੀਰ ਨੂੰ ਅਸੀਂ ਕਾਲ ਕੀਤਾ ਤਾਂ ਉਹਨੇ ਫੋਨ ਚੱਕਿਆ ਮੂਰੇ ਉਹ ਕਹਿੰਦਾ ਵੀ ਮੇਰਾ ਭਰਾ ਵਾ ਇਹ ਅਰुण ਕੁਮਾਰ ਸ਼ੁਕਲਾ ਦਾ ਨਾਮ ਆ ਮੈਂ ਰਿੰਕੂ ਸ਼ੁਕਲਾ ਮੈਂ ਲੁਧਿਆਣੇ ਦੁਗਰੀ ਰਹਿਣਾ ਪੀਡਬਲੂਡੀਪਾਰਟਮੈਂਟ ਚ ਮੈਂ ਜੌਬ ਕਰਦਾ ਸਰਕਾਰੀ ਨੌਕਰੀ ਸਰਕਾਰੀ ਨੌਕਰੀ ਤੇ ਸੀ ਵੀ ਇਹ 1.5 ਸਾਲ ਹੋ ਗਿਆ ਗੁੰਮੇ ਨੂੰ ਵੀ ਅਸੀਂ ਲੱਭਿਆ ਅੱਗੇ ਵੀ ਬਹੁਤ ਵਾਰੀ ਗੁੰਮ ਜਾਂਦਾ ਵੀ ਹੁਣੇ ਸਾਨੂੰ ਡੇਢ ਸਾਲ ਬਾਅਦ ਤੁਸੀਂ ਕਾਲ ਕੀਤੀ ਅੱਗੇ ਮੈਂ ਅੰਬਰ ਸਰ ਤੋਂ ਲਿਆਇਆ ਸੀ ਕਹਿੰਦਾ ਪਹਿਲਾਂ 3-4 ਸਾਲ ਪੁਰਾਣੀ ਮੈਂ ਕਿਹਾ ਵੀ ਤੁਸੀਂ ਦਰਾਹੇ ਤੋਂ ਬੋਲਦੇ ਆ ਤੂੰ ਇੱਥੇ ਆ ਜਾ ਉਹ ਕਹਿੰਦਾ ਜੀ ਮੈਂ ਸਵੇਰੇ ਆਵਾਂਗਾ ਚਲੋ ਦੋਏ ਦਿਨ ਉਹ ਆਏ ਅਸੀਂ ਦੋਨੇ ਭਰਾਵਾਂ ਨੂੰ ਮਿਲਾਇਆ ਬਿਠਾਇਆ ਮੈਂ ਉਹਨਾਂ ਦੀ ਫੋਟੋ ਖਿੱਚ ਕੇ ਫੇਸਬੁੱਕ ਤੇ ਪਾਤੀ ਵੀ ਜ਼ਿੰਦਗੀ 'ਚ ਜੇ ਕੋਈ ਚੰਗਾ ਕਰਨਾ ਹੋਵੇ ਤਾਂ ਉਹ ਆਪਾਂ ਨੂੰ ਕੁਝ ਕਰਨ ਦੀ ਲੋੜ ਨਹੀਂ ਸਾਡੇ ਆਸ-ਪਾਸ ਹੀ ਹੋ ਰਿਹਾ ਹੁੰਦਾ ਸਾਨੂੰ ਦੇਖਣ ਦੀ ਲੋੜ ਆ ਵੀ ਅੱਜ ਸੋਸ਼ਲ ਮੀਡੀਆ ਨੂੰ ਜਿਸ ਪਰਪਸ ਲਈ ਬਣਾਇਆ ਸੀ ਉਹਦੇ ਲਈ ਅਸੀਂ ਯੂਜ਼ ਨਹੀਂ ਕਰਦੇ ਉਹ ਦੋ ਕੁ ਲਾਈਨਾਂ ਲਿਖ ਕੇ ਸਿਆਣ ਫੜੀਆਂ ਮੈਂ ਪੋਸਟ ਪਾਤੀ ਉਹਦਾ ਭਰਾ 2 ਘੰਟੇ ਉਹਦੇ ਨਾਲ ਬੈਠਾ ਰਿਹਾ ਪਰ ਜਾਣ ਲੱਗਿਆ ਉਹ ਮੈਨੂੰ ਕਹਿੰਦਾ ਜੀ ਮੈਂ ਇਹਨੂੰ ਲਿਜਾ ਨਹੀਂ ਸਕਦਾ ਮੈਂ ਕਿਹਾ ਯਾਰ ਤੇਰਾ ਭਰਾ ਵੀ ਕਿਉਂ ਨਹੀਂ ਲਿਜਾ ਸਕਦਾ ਤੂੰ ਕਹਿੰਦਾ ਜੀ ਵੀ ਇਹ ਲੈਟਰਨ ਬਾਥਰੂਮ ਵਿੱਚ ਹੀ ਕਰਦਾ ਉਹਨੇ ਦੇਖ ਲਿਆ ਭਾਂਪ ਲਿਆ ਵੀ ਇਹਨੂੰ ਸਾਹਮਣਾ ਪੈਣਾ ਵੀ ਮੇਰੇ ਮਾਂ-ਬਾਪ ਦੀ ਡੈਥ ਹੋਈ ਹੈ ਮੇਰੀ ਵਾਈਫ ਤੇ ਮੇਰੀ ਬੱਚੀ ਆ ਘਰੇ ਵੀ ਅੱਗੇ ਵੀ ਘਰੋਂ ਭੱਜ ਜਾਂਦਾ ਵੀ ਮੈਂ ਨਹੀਂ ਇਹਨੂੰ ਰੱਖ ਸਕਦਾ ਉਹ ਮੈਂ ਉਹਨੂੰ ਲਾਣਤਾਂ ਵੀ ਪਾਈਆਂ ਉਸ ਟਾਈਮ ਅਸੀਂ ਹੋਰ ਮਾਹੌਲ ਸੀ ਮੈਨੂੰ ਘੂਰਿਆ ਵੀ ਪਰ ਉਹ ਨਹੀਂ ਰਹਿ ਕੇ ਉਹਨੇ ਮਨਨ ਕਰਤਾ ਵੀ ਕਹਿੰਦਾ ਜਿੱਥੋਂ ਚੱਕਰ ਤੁਸੀਂ ਉੱਥੇ ਛੱਡ ਦਿਓ ਮੈਨੂੰ ਉਹਨੇ ਆ ਲੱਭ ਵੀ ਬੋਲੇ ਤੇ ਉਹ ਸ਼ੁਕਲਾભાઈ ਸਾਡੇ ਕੋਲ ਰਹਿਣ ਲੱਗ ਗਿਆ ਢਾਬੇ ਤੇ ਉਹਨੂੰ ਰੋਟੀ ਪਾਣੀ ਵਧੀਆ ਦੇਣ ਲੱਗ ਗਏ ਉਹ ਰੁੜ ਕੇ ਕਿੱਥੇ ਜਾਂਦਾ ਤੇ ਦਵਾਈ ਦਵਾਤੀ ਥੋੜੀ ਜੀ ਉਹਨੂੰ ਉਹ ਤਕੜਾ ਹੋ ਗਿਆ ਉਹ 25 ਕਿ ਦਿਨਾਂ ਤੀਂ ਵੀਰਾ ਵਧੀਆ ਤੁਰਨ ਫਿਰਨ ਲੱਗ ਗਿਆ ਫਿਰ ਜਦੋਂ ਵੀ ਢਾਬੇ ਤੇ ਕੋਈ ਇਦਾਂ ਦਾ ਬੰਦਾ ਆਉਣਾ ਤੇ ਅਸੀਂ ਉਹਨੂੰ ਉਹ ਸ਼ੁਕਲੇ ਵਾਲੀ ਨਿਗਾਹ ਨੇ ਦੇਖਣ ਲੱਗ ਗਿਆ ਮੈਂ ਉਹ ਤੇ ਇੱਕ ਦਿਨ ਇੱਕ ਹੋਰ ਬੰਦਾ ਆਇਆ ਆਂਧਰਾ ਪ੍ਰਦੇਸ਼ ਵਾਲਦਾ ਸੀ ਉਹਦੇ ਬੋਡੀ ਤੇ ਜ਼ਖਮ ਹੋਏ ਸੀ ਬਹੁਤ ਇਨਫੈਕਸ਼ਨ ਹੋਈ ਜੀ ਉਹਨੂੰ ਵੀ ਫੜ ਕੇ ਨਮਾ ਕੇ ਲਾਲ ਦਵਾਈ ਟਾਬਿਆਂ ਤੇ ਪਈ ਹੁੰਦੀ ਉਹ ਪਾ ਕੇ ਪਾਣੀ ਚ ਨਮਾਤਾ ਉਹਦੇ ਕੱਪੜੇ ਫਵਾ ਕੇ ਸੋਹਣੇ ਉਹਦੀਆਂ ਫੋਟੋਆਂ ਮੈਂ ਖਿੱਚ ਕੇ ਫੇਸਬੁੱਕ ਤੇ ਪਾਤੀਆਂ ਐਦਾਂ ਹੀ ਅਸੀਂ ਹਰ ਰੋਜ਼ ਦੂਏ ਤੀਏ ਦਿਨ ਕੋਈ ਨਾ ਕੋਈ ਬੰਦਾ ਸਾਨੂੰ ਮਿਲ ਜਾਣਾ ਟਾਬੇ ਤੇ ਨਿੰਘਦਾ ਕਰਦਾ ਘੇਰ ਲੈਣਾ ਫੋਟੋਆਂ ਪਾ ਦੇਣੀ ਆ ਉਹ ਵੀਰ ਫੋਟੋਆਂ ਲੋਕ ਉਹਨਾਂ ਨੂੰ ਬੜਾ ਐਪਰੀਸ਼ੀਏਟ ਕਰਨ ਲੱਗ ਗਏ ਵੀ ਗੁੱਡ ਜੌਬ ਗ੍ਰੇਟ ਜੌਬ ਸਾਨੂੰ ਉਹ ਕਿਉਂਕਿ ਸ਼ਾਬਾਸ਼ੀ ਬੜਾ ਵੱਡਾ ਇੱਕ ਕਰਮ ਵੀ ਜਦੋਂ ਸ਼ਾਬਾਸ਼ੀ ਜੀ ਬੰਦੇ ਨੂੰ ਕਤਲ ਵੀ ਕਰਾ ਦਿੰਦੀ ਅਸੀਂ ਤਾਂ ਚੰਗਾ ਕਰ ਰਹੇ ਸੀ ਤੱਕ ਦਿਨ ਸਾਨੂੰ ਕਿਸੇ ਨੇ ਕਾਲ ਕੀਤੀ ਵੀ ਸਾਡੇ ਪਿੰਡ ਇੱਕ ਬੰਦਾ ਘੁੰਮਦਾ ਉਹਦੇ ਕੀੜੇ ਪਏ ਹੋਏ ਆ ਤਾਂ ਮੈਂ ਉਹਨੂੰ ਇਗਨੋਰ ਕਰਤਾ ਮੈਂ ਫਿਰ ਬਾਈ ਅਸੀਂ ਐ ਪਿੰਡਾਂ ਤੋਂ ਤਨੀ ਲੈ ਕੇ ਉਹਨੂੰ ਸਾਡੇ ਤੇ ਕੋਈ ਢਾਬੇ ਤੇ ਆ ਜਾਂਦਾ ਸੀ ਨਮਾ ਕੇ ਪ੍ਰਸ਼ਾਦਾ ਪਾਣੀ ਛਕਾ ਦਈਦਾ ਕਿੱਥੋਂ ਕਾਲ ਆਈ ਸੀ ਚਮਕੀਮਾਨ ਪਿੰਡ ਜੀ ਲੁਧਿਆਣਾ ਜ਼ਿਲ੍ਹੇ ਦਾ ਈ ਹੂੰ ਤੇ ਚਲੋ ਦੂਏ ਦਿਨ ਉਹਨੇ ਫੇਰ ਕਾਲ ਕੀਤੀ ਮੈਂ ਫੇਰ ਉਹਦਾ ਆਹੀ ਅਨਸਰ ਦੇ ਕੇ ਫੋਨ ਕੱਟਤਾ ਉਹਨਾਂ ਦਿਨਾਂ ਦੇ ਵਿੱਚ ਹੀ ਮੈਂ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਕਮੈਂਟ ਮੇਰੇ ਛੋਟੇ ਬ੍ਰਦਰ ਨੇ ਕੀਤਾ ਮਿੰਟੂ ਮਾਲਵਾਲੀ ਆਈਡੀ ਤੇ ਇਸੇ ਫੋਟੋ ਦੇ ਥੱਲੇ ਕਹਿੰਦਾ ਬਾਈ ਜੀ ਗੁੱਡ ਜੌਬ ਗ੍ਰੇਟ ਜੌਬ ਲਿਖ ਕੇ ਥੱਲੇ ਉਹ ਨਹੀਂ ਲਿਖਦਾ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ ਉਹ ਮੈਂ ਪੂਰੇ ਦੀ ਪੂਰਾ ਸੈਂਟੈਂਸ ਕਾਪੀ ਕਰਕੇ ਪੇਜ ਦਾ ਨਾਮ ਬਦਲ ਕੇ ਪੇਸਟ ਕਰਦਾ ਉਹਦੇ ਉਵੇਂ ਮੰਨ ਲਓ ਹੀ ਹੈ ਵੀ ਨਹੀਂ ਕਟਿਆ ਹੁਣ ਤਾਂ ਕੱਲਾ ਮਨੁੱਖਤਾ ਦੀ ਸੇਵਾ ਪੇਜ ਦਾ ਨਾਮ ਆ ਤੇ ਉਹਨੇ ਸ਼ਾਮ ਨੂੰ ਮੈਨੂੰ ਫੋਨ ਕਰ ਲਿਆ ਉਹ ਕਹਿੰਦਾ ਬਾਈ ਵੀ ਵਧੀਆ ਤੁਸੀਂ ਦੁਕਾਨਦਾਰੀ ਚਲਾ ਲਈ ਮਨੁੱਖਤਾ ਦੀ ਸੇਵਾ ਨਾਮ ਵੀ ਰੱਖ ਲਿਆ ਉਹ ਚੌਕੀ ਮਾਨ ਪੈਨਡਾ ਵਾਲੇ ਬੰਦੇ ਨੇ ਕਹਿੰਦਾ ਮੈਂ ਤਿੰਨ ਦਿਨਾਂ ਤੋਂ ਤੁਹਾਨੂੰ ਕਾਲ ਕਰ ਰਿਹਾ ਸਾਡੇ ਪਿੰਡ ਇੱਕ ਬੰਦਾ ਘੁੰਮਦਾ ਕਹਿੰਦਾ ਉਹਦੇ ਕੀੜੇ ਪਏ ਹੋਇਆ ਕਹਿੰਦਾ ਮੇਰੇ ਮੂਹਰ ਦੀ ਹੁਣ ਫੇਰ ਨਿੰਗਾ ਜਾਂਦਾ ਕਹਿੰਦਾ ਤੁਸੀਂ ਉਹਦੀ ਤਾਂ ਮਦਦ ਨਹੀਂ ਕਰ ਸਕੇ ਉਹਨੇ ਜਾਨੀ ਕਿ ਟਾਂਚ ਮਾਰੀ ਅਸੀਂ ਤਿੰਨ ਜਾਨੇ ਚਾਰ ਜਾਨੇ ਇੱਦਾਂ ਬੈਠੇ ਸੀ ਮੈਂ ਫੋਨ ਕੱਟਿਆ ਮੈਂ ਕਿ ਕੋਈ ਨਾ ਭਾਈ ਕਹਿਲਾ ਤੇਰੀ ਮਰਜ਼ੀ ਐ ਵੀ ਮੈਂ ਆਪਾਂ ਕੱਟ ਦਿੰਨੇ ਵਿੱਚੋਂ ਹੀ ਗੱਲ ਕੱਟਦੀ ਮੈਂ ਮੁੰਡਿਆਂ ਨੂੰ ਦੱਸਿਆ ਮੈਂ ਕਿ ਯਾਰ ਵੀ ਆਪਾਂ ਤਾਂ ਪੰਗਾ ਹੀ ਲੈ ਲਿਆ ਕਹਿੰਦੇ ਕੀ ਹੋ ਗਿਆ ਮੈਂ ਕਿ ਐ ਕਰਕੇ ਫੋਨ ਆ ਰਿਹਾ ਵੀ ਤਿੰਨ ਦਿਨ ਹੋ ਗਏ ਬੰਦੇ ਨੂੰ ਕਾਲ ਕਰਦੇ ਨੂੰ ਵੀ ਉਹ ਕਹਿੰਦਾ ਮੇਰੇ ਪਿੰਡ 'ਚ ਬੰਦਾ ਫਿਰਦਾ ਉਗਣਾ ਯਾਰ ਕੋਈ ਗਰੀਬ ਹੋਊ ਕੋਈ ਲੋੜਬੰਦ ਹੋਊਗਾ ਜਿਹੜਾ ਐਨੇ ਕੀੜੇ ਕੀੜੇ ਪਿੰਡ 'ਚ ਤਾਂ ਕੁੱਤੇ ਦੇ ਨਹੀਂ ਪੈਣ ਦਿੰਦੇ ਲੋਕ ਕੀੜੇ ਉਹਦੇ ਵੀ ਕੱਢ ਦਿੰਦੇ ਫੜ ਕੇ ਤਾਂ ਅਸੀਂ ਤਿੰਨ ਪਹਿਲੀ ਵਾਰ ਲਾਈਵ 'ਚ ਕੰਟਰੀਬਿਊਸ਼ਨ ਕੀਤੀ ਸੀ ਤਿੰਨ 3000 ਦੀ ਗੱਲ ਕਰੀ ਅਸੀਂ ਚਾਰਾਂ ਜਾਣਿਆਂ ਨੇ ਵੀ ਆਪਾਂ 12000 ਰੁਪਏ ਪਿੰਡ ਦੇ ਸਰਪੰਚ ਨੂੰ ਦੇ ਆਉਣੇ ਕੋਈ ਲੋੜਬੰਦ ਹੋ ਤੁਹਾਡੇ ਦੋਸਤਾਂ ਨੇ ਦੋਸਤਾਂ ਨੇ ਅਸੀਂ ਚਾਰੋਂ ਜਾਣਿਆਂ ਨੇ ਗੱਡੀ ਚੱਕੀ ਦਰਾਹੇ ਤੋਂ ਚੌਂਕੀ ਮਾਨਵਾਲ ਨੂੰ ਚਲੇ ਜਾਂਦੇ ਆਂ ਪਿੰਡ ਜਾ ਕੇ ਅਸੀਂ ਉਹ ਬਾਈ ਨੂੰ ਫੋਨ ਕਰਦੇ ਆਂ ਵੀ ਬਾਪੂ ਕਿੱਥੇ ਓ ਫੋਨ ਨਹੀਂ ਚੱਕਦਾ ਸਾਡਾ ਕਈ ਫੋਨ ਲਾਉਨੇ ਆ ਅਸੀਂ ਪਿੰਡ ਚ ਲੱਭਦੇ ਆ ਸਾਨੂੰ ਬਾਪੂ ਕਿਤੇ ਲੱਭਦਾ ਨਹੀਂ ਫਿਰ ਅਸੀਂ ਨਾਮ ਨੰਬਰ ਬਦਲ ਕੇ ਕਾਲ ਕਰੀ ਉਹਨੂੰ ਬਾਈ ਨੂੰ ਤੇ ਉਹ ਕਹਿੰਦਾ ਬਾਈ ਅਸੀਂ ਜਾਣ ਆਉਣ ਲੱਗਿਆਂ ਨੇ ਦੱਸਤਾ ਸੀ ਵੀ ਅਸੀਂ ਆਉਨੇ ਆ ਵੀ ਅਸੀਂ ਪੈਸੇ ਦੇ ਕੇ ਜਾਵਾਂਗੇ ਉਹ ਕਹਿੰਦਾ ਬਾਈ ਮੈਨੂੰ ਤਾਂ ਅਸੀਂ ਤੁਸੀਂ ਲੈ ਕੇ ਜਾਣਾ ਵੀ ਪੈਸੇ ਮੈਨੂੰ ਤੁਸੀਂ ਫੜਾਓਗੇ ਮੈਂ ਨਹੀਂ ਲੈਣੀ ਮੇਰੀ ਪਿੰਡ ਦੀ ਦੁਸ਼ਮਣੀ ਪੈ ਜਾਊ ਮੈਂ ਕਿਹਾ ਤੁਹਾਨੂੰ ਬਾਪੂ ਦਾ ਦੱਸ ਦੇ ਤੂੰ ਕਿੱਥੇ ਆ ਉਹਨੇ ਦੱਸਿਆ ਵੀ ਗੁੜਿਆਂ ਪਿੰਡ ਵਾਲੇ ਅੱਡੇ 'ਚ ਬੈਠਾ ਬਾਪੂ ਅਸੀਂ ਗਏ ਏਨੀ ਕਿ ਮੈਨੂੰ ਐ ਲੱਗਿਆ ਮੇਰਾ ਬਾਪ ਬੈਠਾ ਹੁੰਦਾ ਸਰਦਾਰ ਦਾੜੀ ਰੱਖੀ ਹੋਈ ਸਰਦਾਰ ਬੰਦਾ ਕੋੜਤਾ ਪਾਇਆ ਹੋਇਆ ਕੱਚਾ ਪਾਇਆ ਪਜਾਮਾ ਉਹਦੇ ਤੇੜ ਮੋਢੇ ਤੇ ਰੱਖਿਆ ਹੋਇਆ ਪਜਾਮਾ ਉਹਨੇ ਗਾਣੇ ਗਾਈ ਜਾਵੇ ਲੱਤ ਤੇ ਉਹਦੇ ਕਿਸੇ ਨੇ ਹਲਦੀ ਪਾਈ ਹੋਈ ਕੇ ਨੇ ਮਿੱਟੀ ਤੇ ਤੇਲ ਪਾਇਆ ਹੋਇਆ ਮੰਤਰ ਉੱਤੇ ਮੱਖੀਆਂ ਬੈਠੀਆਂ ਜਾਣ ਉਹ ਆਪਦੇ ਗੱਲਾਂ ਦੇ ਵਿੱਚ ਮਸ ਮਾਨਸਿਕ ਤੌਰ ਤੇ ਬਿਮਾਰ ਹੋਣੇ ਅਫਸਰ ਸੀ ਪੂਰੇ ਅਸੀਂ ਬਾਪੂ ਨੂੰ ਪੁੱਛਿਆ ਬਾਪੂ ਆਪਦੀਆਂ ਸਾਡੀ ਕੋਈ ਸੋਝੀ ਨਹੀਂ ਉਹਨੂੰ ਅਸੀਂ ਉੱਥੇ ਲੋਕ ਖੜੇ ਹੱਸੀ ਜਾਣ ਅਸੀਂ ਬਾਪੂ ਨੂੰ ਗੱਡੀ 'ਚ ਬਿਠਾਇਆ ਪਿੰਡ 'ਚ ਲੈ ਆਏ ਸਾਥ 'ਚ ਸਾਤਿਚ ਵੀ ਉਹ ਬਾਪੂ ਗਾਣੇ ਗਾਈ ਜਾਵੇ ਲੋਕ ਉਹਨੂੰ ਤਮਾਸ਼ੀਨ ਉਹਦੇ ਵਾਲਾ ਸੀ ਜਾਂ ਅਸੀਂ ਤਿੰਨ ਚਾਰ ਬੰਦਿਆਂ ਨਾਲ ਗੱਲ ਕੀਤੀ ਵੀ ਅਸੀਂ ਪੈਸੇ ਦੇਣੇ ਵੀ ਜੇ ਤਾਂ ਕੋਈ ਲਾਜ ਕਰਾ ਦੇਵੇ ਕਿਸੇ ਨੇ ਹਮ ਹੀ ਨਹੀਂ ਭਰੀ ਬੰਦੇ ਨੇ ਦੱਸਿਆ ਵੀ ਇਹਦੇ ਤਾਂ ਮੁੰਡਾ ਚਿੱਟਾ ਲਾਉਂਦੇ ਨੇ ਚਿੱਟਾ ਵੇਚਦੇ ਵੀ ਨਹੀਂ ਉਹ ਵੀ ਪੈਸੇ ਨਾ ਦਿਓ ਇਹਦਾ ਲਾਜ ਕਿਸੇ ਨੂੰ ਨਹੀਂ ਕਰਾਉਣਾ ਵੀ ਇਹਦੀ ਕਿਸੇ ਨੇ ਮਦਦ ਨਹੀਂ ਕਰਨੀ ਮਦਦ ਕਰਨੋਂ ਤਾਂ ਕਹਿੰਦੇ ਇਹਦੇ ਪਿੰਡ 'ਚ ਭਰਾ ਆ ਆਠ ਭਰਾ ਕਹਿੰਦੇ ਨੇ ਵੀ ਜੇ ਮਦਦ ਤਾਂ ਉਹ ਵੀ ਕਰ ਸਕਦੇ ਆ ਅਸੀਂ ਕਿਹਾ ਵੀ ਭਰਾ ਕਿੱਥੇ ਆ ਇਹਨੇ ਦੋ ਪੰਜਾਬ ਪੁਲਿਸ ਚ ਇੱਕ ਬਿਜਲੀ ਬੋਰਡ ਚ ਐ ਇੱਕ ਬੈਂਕ ਚ ਮੈਨੇਜਰ ਆ ਇੱਕ ਵੈਟਰਨਰੀ ਡਾਕਟਰ ਆ ਇੱਕ ਇੰਜਣਾਂ ਦਾ ਕੰਮ ਕਰਦਾ ਬਾਕੀ ਖੇਤੀਬਾੜੀ ਕਰਦਾ ਅੱਠ ਭਰਾ ਇਹਦੇ ਵੀ ਇਹ 7-8 ਮਹੀਨਿਆਂ ਤੋਂ ਐਂ ਘੁੰਮਦਾ ਪਿੰਡ ਚ ਵੀ ਇਹਦੀ ਕਿਸੇ ਨੇ ਨਹੀਂ ਮਦਦ કરી ਅਸੀਂ ਬਾਪੂ ਨੂੰ ਗੱਡੀ ਚ ਬਿਠਾ ਕੇ ਤਾਬੇ ਤੇ ਲਿਆਏ ਜੀ ਭਰਾ ਦੇ ਨਾਲ ਕਿਸੇ ਨਾਲ ਗੱਲ ਹੋਈ ਨਹੀਂ ਜੀ ਉਦੋਂ ਨਹੀਂ ਨਹੀਂ ਅਸੀਂ ਕੀਤੀ ਵੀ ਨਹੀਂ ਗੱਲ ਜੀ ਐਵੇਂ ਕਹੀਏ ਅਸੀਂ ਨਾਲ ਲੈ ਆਏ ਟਾਪੇ ਸਮਝ ਜਦੋਂ ਬੰਦੇ ਨੇ ਸੱਚੀ ਦੱਸਤਾ ਤੇ ਇਹ ਬੰਦਾ ਕੀ ਕਰਦਾ ਸੀ ਇਹਦੇ ਬਾਰੇ ਕੁਝ ਪਤਾ ਲੱਗਿਆ ਹੋਊਗਾ ਹਾਂਜੀ ਇਹ ਤੁਹਾਨੂੰ ਇਹ ਖੇਤੀਬਾੜੀ ਕਰਦਾ ਸੀ ਇਹ ਕਿਰਾਏ ਦਾ ਕੰਮ ਕਰਦਾ ਸੀ ਚਿੱਟਾ ਸਕੌਟ ਟਰੈਕਟਰ ਸੀ ਬੜਾ ਵਧੀਆ ਕੰਮ ਆ ਸੀ ਭਰਤ ਪਾਉਂਦਾ ਸੀ ਲੋਕਾਂ ਦੀ ਜ਼ਮੀਨ ਪਾਉਂਦਾ ਸੀ ਕਿਸਰ ਸਿੰਘ ਢਾਲੀ ਵਾਲਾ ਨਾ ਦੋ ਪੁੱਤ ਬਾਪੂ ਦੇ ਬਾਪੂ ਦੀ ਘਰ ਵਾਲੀ ਛੱਡ ਕੇ ਚਲੇ ਗਿਆ ਬਾਪੂ ਥੋੜਾ ਆਫਸੈਟ ਰਹਿਣ ਲੱਗ ਗਿਆ ਪੁੱਤ ਵੀ ਨਹੀਂ ਮਿਲੇ ਤੁਹਾਨੂੰ ਨਾ ਪੁੱਤ ਚਿੱਟੇ ਤੇ ਲੱਗਿਆ ਹੋਇਆ ਸੀ ਇੱਕ ਤਾਂ ਇੱਕ ਦਬਈ ਗਿਆ ਹੋਇਆ ਸੀ ਬਾਹਰ ਸਾਨੂੰ ਪਤਾ ਲੱਗਿਆ ਜਦੋਂ ਬਾ ਅਸੀਂ ਡੀ ਐਮ ਸੀ ਹਸਪਤਾਲ ਲੈ ਗਏ ਜੀ ਡੀ ਐਮ ਸੀ ਵਾਲੇ ਕਹਿੰਦੇ ਵੀ ਗੈਂਗਰਿੰਗ ਹੋਈ ਹੈ ਲੱਤ ਕੱਟਣੀ ਪੈਣੀ ਹੈ ਜੀ ਤਾਂ ਅਸੀਂ ਕਿਹਾ ਵੀ ਸਾਡਾ ਤਾਂ ਕੋਈ ਲੰਗਾ ਦਾ ਹਸਤਾਨ ਲੈ ਆਏ ਉਹ ਕਹਿੰਦੇ ਫਿਰ ਐਨ ਜੀਓ ਦਾ ਆਪਦਾ ਤੁਸੀਂ ਲੈਟਰ ਪੈਡ ਤੇ ਲੈ ਕੇ ਮੈਂ ਕਿਹਾ ਸਾਡਾ ਤਾਂ ਕੋਈ ਐਨ ਜੀਓ ਵੀ ਹੈ ਨਹੀਂ ਅਸੀਂ ਉੱਥੋਂ ਓਵੇਂ ਓ ਪੀ ਟੀ ਬੇਸ ਤੇ ਵਾਪਤ ਲੈ ਆਏ ਸਾਡੇ ਦਰਾਹਿਕ ਬਦੀ ਵਾਲੇ ਬੈਦ ਆ ਬੜੇ ਮਸ਼ਹੂਰ ਅਸੀਂ ਉਹਨਾਂ ਦੀ ਦੁਕਾਨ ਤੇ ਗਏ ਉਹਨਾਂ ਨੂੰ ਦੱਸਿਆ ਉਹ ਬੈਰ ਸਾਹਿਬ ਨੇ ਸਾਨੂੰ ਤਾਰਪੀਨ ਦੇ ਤੇਲ ਦੀ ਸ਼ੀਸ਼ੀ ਦਿੱਤੀ ਐਡੀ ਵੱਡੀ ਕਹਿੰਦਾ ਇਹਦੇ ਨਾਲ ਇਹਦੇ ਪੱਟੀ ਕਰੋ ਤੇਲ ਪਾਓ ਨਾਲੇ ਕੀੜੇ ਮੁੱਕ ਜਾਣਗੇ ਨਾਲੇ ਜ਼ਖਮ ਠੀਕ ਹੋ ਜੂਗਾ ਯਕੀਨ ਮੰਨੋ ਬਾਈ ਜੀ ਉਸ ਦਿਨ ਮੈਂ ਬੜਾ ਮੇਰਾ ਮਨ ਰੋਇਆ ਮੈਨੂੰ ਥੋੜਾ ਜਿਹਾ ਈਮੋਸ਼ਨਲ ਆ ਮੈਂ ਬੰਦਾ ਮੈਨੂੰ ਐ ਲੱਗਿਆ ਮੇਰੇ ਪਿਓ ਦੇ ਕੀੜੇ ਪੈ ਗਏ ਅਸੀਂ ਜਦੋਂ ਉਹਨੇ ਤੇਲ ਪਾਇਆ ਨਾ ਜੀ ਮੇਰਾ ਛੋਟਾ ਭਰਾ ਵੀਰਿੰਦਰ ਸਿੰਘ ਗਰੇਵਾਲ ਮੇਰਾ ਦੋਸਤ ਸੀ ਉਹ ਉਹਦੀ ਡੈਥ ਹੋ ਗਈ ਹੁਣ ਹੈ ਨਹੀਂ ਦੁਨੀਆ ਤੇ ਪਹਿਲਾ ਕੀੜਾ ਉਹਨੇ ਟੱਕੇ ਨਾ ਕੱਢਿਆ ਬਾਪੂ ਦੇ ਲੱਤ ਚ ਕੀੜਿਆਂ ਤੋਂ ਭਾਵ ਕੀ ਹੈ ਮੈਂ ਤੁਹਾਡੀਆਂ ਬਹੁਤ ਸਾਰੀਆਂ ਵੀਡੀਓਜ਼ ਦੇਖਦਾ ਹਾਂ ਤੁਸੀਂ ਕਹਿੰਦੇ ਹੋ ਕੀੜੇ ਆ ਉਹ ਨਾ ਉੱਪਰ ਥੋੜੀ ਤੁਸਨੋਂ ਆਪਣ ਨੂੰ ਕਿਉਂਕਿ ਕਮਿਊਨਿਟੀ ਗਾਈਡਲਾਈਨਸ ਹੁੰਦੀਆਂ ਐ ਫੇਸਬੁਕ uh, YouTube ਤੇ ਤੁਹਾਨੂੰ ਬਲਰ ਕਰਨੀਆਂ ਪੈਣੀਆਂ ਤਸਵੀਰਾਂ ਤਾਂ ਪਤਾ ਨਹੀਂ ਲੱਗਦਾ ਕੀੜੇ ਤੋਂ ਭਾਵ ਕੀ ਹੈ ਕੀੜੇ ਤੋਂ ਭਾਵੇਂ ਹੈ ਜੀ ਮਤਲਬ ਐਵੇਂ ਕੋਈ ਸੁੰਡੀ ਹੈ ਕੀ ਹੈ ਮਤਲਬ ਕਿਵੇਂ ਤੁਹਾਨੂੰ ਸਾਹਮਣੇ ਦਿਖਦੇ ਆ ਕਿ ਆ ਕੀੜੇ ਚੱਲ ਰਹੇ ਨੇ ਬੱਡੇ ਵੱਡੇ ਸੁੰਡ ਹੁੰਦੇ ਆ ਜੀ ਚਿੱਟੇ ਰੰਗ ਦੇ ਮੱਖੀ ਦਾ ਲਾਰਵਾ ਜੀ ਉਹ ਦੇਖੋ ਇੱਕ ਬੰਦਾ ਜਿਹੜਾ ਆਪਣੀ ਕੇਅਰ ਨਹੀਂ ਕਰ ਸਕਦਾ ਜਿਸ ਨੂੰ ਸੋਜ ਹੀ ਨਹੀਂ ਅਫਸੈਟ ਆ ਉਹਦੇ ਜ਼ਖਮ ਹੋ ਗਿਆ ਛੋਟਾ ਜਿਹਾ ਮੱਖੀ ਬੈਠੀ ਜਾਂਦੀ ਹੈ ਮੱਖੀ ਨੇ ਉਹਦੇ ਵਿੱਚ ਅੰਡੇ ਦੇਤੇ ਉਹਦੇ ਅੰਦਰ ਲਾਰਵਾ ਪੈਦਾ ਹੋ ਗਿਆ ਉਹਦੇ ਕੀੜੇ ਬਣ ਗਏ ਕੀੜੇ ਕਹਿੰਦੀ ਚੀਜ਼ ਆ ਉਹਦਾ ਜਿਹੜਾ ਸਲਾਈਵਾ ਵਾ ਉਹ ਜਿੱਥੇ ਜਿੱਥੇ ਟੱਚ ਕਰੀ ਜਾਂ ਉਹ ਮਾਸ ਨੂੰ ਫਿਰ ਉਹ ਖਾਈ ਜਾਂਦਾ ਬੰਦੇ ਨੂੰ ਤਕਲੀਫ ਵੀ ਨਹੀਂ ਹੁੰਦੀ ਗਾਂ ਵਾਲੇ ਨੂੰ ਉਹਨੂੰ ਫੀਲ ਵੀ ਨਹੀਂ ਹੁੰਦਾ ਮੇਰਾ ਮਾਸ ਕਰਦਾ ਜਾ ਰਿਹਾ ਤੇ ਅਸੀਂ ਬਾਪੂ ਤੇ ਲੱਤ ਚੋਂ ਕੀੜੇ ਕੱਢੀ ਜਾਂਦੇ ਬਾਪੂ ਇੰਨਾ ਆਪਦੀਆਂ ਗੱਲਾਂ ਮਾਰੀ ਜਾਂਦਾ ਉਹ ਵਿੱਕੀ ਓਏ ਲੱਕੀ ਓਏ ਲੱਬੇ ਆਪਦੇ ਬੱਚ ਮੁੰਡਿਆਂ ਦੇ ਨਾਂ ਲਈ ਜਾਂਦਾ 42 ਕੀੜੇ ਨਿਕਲੇ ਜੀ ਪਹਿਲੇ ਦਿਨ ਜਦੋਂ ਅਸੀਂ ਬਾਪੂ ਦੀ ਜ਼ਿੰਦਗੀ ਦੇ ਵਿੱਚ ਮਤਲਬ ਆਪਣੀ ਜ਼ਿੰਦਗੀ 'ਚ ਮੈਂ ਪਹਿਲੀ ਵਾਰ ਦੇਖਿਆ ਸੀ ਵੀ ਇੰਦਾ ਕੀੜੇ ਬੰਦਿਆਂ ਦੇ ਵੀ ਪੈਂਦੇ ਅਸੀਂ ਸ਼ੀਸ਼ੀ 'ਪਰ ਲੀਕਿਡ ਹਨ ਸਾਡੇ ਲਈ ਇੱਕ ਉਹ ਜੂਬਾ ਸੀ ਜਿਹੜਾ ਵੀ ਢਾਬੇ ਤੇ ਬੰਦਾ ਆਉਂਦਾ ਸੀ ਉਹਨੂੰ ਦਿਖਾਉਂਦੇ ਵੀ ਆ ਬੰਦੇ ਦੇ ਕੀੜੇ ਪਏ ਕਹੀਦਿਆਂ ਨਾ ਸੀ ਉਹ ਸ਼ੀਸ਼ੀ ਰੱਖੀ ਰੱਖੀ ਉੱਤੇ